ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸੰਬੰਧਿਤ ਘਟਨਾਵਾਂ ਅਤੇ ਇਨ੍ਹਾਂ ਘਟਨਾਵਾਂ ਦਾ ਹੋਇਆ ਸਿਆਸੀਕਰਨ ਪਿਛਲੇ ਦਿਨੀ ਕੋਟਪੂਰਾ ਗੋਲੀਕਾਂਡ ਦੇ ਵਿੱਚ ਪੇਸ਼ ਹੋਏ ਚਲਾਨ ਉਹਨਾਂ ਵਿੱਚ ਵੱਡੀਆਂ ਸ਼ਖਸੀਤਾਂ ਦਾ ਨਾਂ ਆਉਣਾ ਔਰ ਇਨ੍ਹਾਂ ਉੱਪਰ ਚੱਲ ਰਹੀ ਗੱਲਬਾਤ ਅੱਜ ਚਰਚਾ ਦਾ ਵਿਸ਼ਾ ਹੋਵੇਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ੍ਰਿਸ਼ਟੀਕੋਣ ਮੈਂ ਹਾਂ ਗੁਰਸੇਖ ਫਤਿਹ ਇਸ ਪ੍ਰੋਗਰਾਮ ਜਰੀਏ ਤੁਹਾਡੀ ਸਾਂਝ ਪਵਾਈ ਦੀ ਹੈ ਜੀ ਬਹੁਤ ਸਾਰੇ ਮੁੱਦੇ ਮਸਲਿਆਂ ਦੇ ਨਾਲ ਹਰ ਰੋਜ਼ ਦੀਆਂ ਅਪਡੇਟਸ ਤੁਹਾਡੇ ਤੱਕ ਲੈ ਕੇ ਆਈਆਂ ਦੀਆਂ ਨੇ ਮੇਰੇ ਨਾਲ ਹੁੰਦੇ ਨੇ ਜਸਵਿੰਦਰ ਯਾਦ ਆਓ ਸਭ ਤੋਂ ਪਹਿਲਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਆਖਦੇ ਆ ਫਿਰ ਵਿਸ਼ੇ ਦੇ ਉੱਪਰ ਚਰਚਾ ਕਰਦੇ ਆ ਜਸਵਿੰਦਰ ਜੀ ਜੀ ਆਇਆਂ ਜੀ ਸ਼ੁਕਰੀਆ ਜੇਕਰ 2007 ਤੋਂ ਵੇਖੀਏ ਤਾਂ ਜੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਪ੍ਰੇਮੀਆ ਤੇ ਸਿੱਖਾਂ ਦੇ ਵਿੱਚ ਕੁਝ ਕੁ ਦਿਨਾਂ ਦੇ ਵਿੱਚ ਹੀ ਕੜਤਨ ਵੇਖਣ ਨੂੰ ਮਿਲਦੀ ਹੈ ਸਰਕਾਰ ਬਣਨ ਤੋਂ ਪਹਿਲਾਂ ਤਾਂ ਬਹੁਤ ਸਾਰੇ ਪ੍ਰੋਪਾਗੈਂਡਾਜ਼ ਹੁੰਦੇ ਨੇ ਪਰ ਸਰਕਾਰ ਬਣਨ ਤੋਂ ਬਾਅਦ ਇਸ ਤਰੀਕੇ ਦੀ ਘਟਨਾ ਵਾਪਰ ਜਾਣਾ ਕਿ ਇਹ ਜਾਣਬੁੱਝ ਕੇ ਕੀਤਾ ਗਿਆ ਜਾਂ ਫਿਰ ਸੁਭਬੀ ਸੀਗਾ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਿਆਸਤ ਦੇ ਵਿੱਚ ਡੇਰਿਆਂ ਦਾ ਜਿਹੜਾ ਰੋਲ ਆ ਉਹ ਬਹੁਤ ਵੱਡਾ ਰਿਹਾ ਹੈ ਜੀ ਚਾਹੇ ਅਸੀਂ ਹੁਣ ਪਰ ਰੋਲ ਦੀ ਗੱਲ ਕਰ ਲਈਏ ਜਾਂ ਅਸੀਂ ਉਹਨਾਂ ਵਕਤਾਂ ਦੇ ਵਿੱਚ ਜਿਹੜੇ ਸਾਡੇ ਸਿਆਸੀ ਆਗੂ ਆ ਉਹ ਸਮੇਂ-ਸਮੇਂ ਦੇ ਉੱਤੇ ਡੇਰਿਆਂ ਦੇ ਵਿੱਚ ਜਾਂਦੇ ਨੇ ਖਾਸ ਕਰਕੇ ਸਮਾਂ ਵੋਟਾਂ ਵਾਲਾ ਜਦੋਂ ਹੋਵੇ ਉਦੋਂ ਡੇਰਿਆਂ ਦੇ ਜਿਹੜੇ ਚੱਕਰ ਨੇ ਉਹ ਵੱਧ ਵਜਦੇ ਨੇ ਜੀ ਉਸ ਤੋਂ ਬਾਅਦ ਇੱਕ ਲੋਕਮਾਂ ਜਾਂ ਉਹਨਾਂ ਦਾ ਸਿਆਸੀ ਵਿੰਗ ਹੈ ਜਿਹੜਾ ਉਹ ਜਾਣਕਾਰੀ ਦਿੰਦਾ ਕਿ ਐਸ ਵਕਤ ਸਪੋਰਟ ਵੋਟ ਕਿਹਦੀ ਹੋਊਗੀ ਮੈਂ ਕਿਸੇ ਇੱਕ ਡੇਰੇ ਦੀ ਗੱਲ ਨਹੀਂ ਕਰਦਾ ਤੇ ਮੈਂ ਕਿਸੇ ਇੱਕ ਹੀ ਸਿਆਸੀ ਪਾਰਟੀ ਦੀ ਗੱਲ ਨਹੀਂ ਕਰਦਾ ਜੀ ਮੈਂ ਕਿਸੇ ਇੱਕ ਹੀ ਸਟੇਟ ਦੀ ਗੱਲ ਨਹੀਂ ਕਰਦਾ ਵੱਖਰੀਆਂ ਵੱਖਰੀਆਂ ਸਟੇਟਾਂ ਵਿੱਚ ਵੱਖਰੀਆਂ ਵੱਖਰੀਆਂ ਸਿਆਸੀ ਪਾਰਟੀਆਂ ਇਹਨਾਂ ਬਾਬਿਆਂ ਨੂੰ ਵੋਟ ਬੈਂਕ ਦੇ ਤੌਰ ਤੇ ਵਰਤਦੀਆਂ ਨੇ ਜੀ ਗੱਲ ਕਰਦੇ ਆ ਪੰਜਾਬ ਦੀ 2002 ਦੇ ਵਿੱਚ ਕੈਪਟਨ ਮਨਿੰਦਰ ਜੀ ਦੀ ਸਰਕਾਰ ਬਣਦੀ ਹੈ ਪਹਿਲੀ ਸਰਕਾਰ ਬਣਦੀ ਹੈ ਕੈਪਟਨ ਸਾਹਿਬ ਦੀ ਗਵਾਹੀ ਚ ਉਸ ਤੋਂ ਪਹਿਲਾਂ 1997 ਵਿੱਚ ਵੱਡੇ ਬਹੁਮਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਜਿਹੜੀ ਉਹ ਸੱਤਾ ਦੇ ਵਿੱਚ ਆਉਂਦੀ ਹੈ ਜੀ 2002 ਦੀ ਜਿੱਤ ਨੂੰ ਜਦੋਂ ਅੰਕਿਆ ਗਿਆ ਤਾਂ ਪਤਾ ਲੱਗਿਆ ਕਿ ਮਾਲਵਾ ਬਹੁਤ ਵੱਡਾ ਖੇਤ ਹੈ ਜਿਹਦੇ ਵਿੱਚ 69 69 ਸੀਟਾਂ ਨੇ ਐਮਐਲਏ ਦੀਆਂ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਉਹ ਡੇਰੇ ਦੇ ਵੋਟ ਦਾ ਰਿਹਾ ਤੇ ਕੈਪਟਨ ਮਰਿੰਦਰ ਜੀ 2002 ਤੋਂ ਲੈ ਕੇ 7 ਤਿੱਕਰ ਮੁੱਖ ਮੰਤਰੀ ਰਹੇ ਹੂੰ ਸੋਹਣਾ ਕੰਮ ਕੀਤਾ ਉਹ ਵੱਖਰੀਆਂ ਗੱਲਾਂ ਆ ਉਹਦੇ ਤੇ ਅਸੀਂ ਨਹੀਂ ਜਾਵਾਂਗੇ ਅੱਗੇ ਆਓ 7 ਦੇ ਵਿੱਚ ਸੁੰਨ ਵਿੱਚ ਆਇਆ ਕਿ ਉਸੇ ਹੀ ਡੇਰੇ ਨੇ ਫਿਰ ਜਿਹੜੀ ਸਪੋਰਟ ਹੈ ਉਹ ਕਾਂਗਰਸ ਦੀ ਸਰਕਾਰ ਦੀ ਕੀਤੀ ਪਰ ਐਸ ਵਾਰੀ ਉਹ ਤੀਰ ਨਿਸ਼ਾਨੇ ਤੇ ਨਹੀਂ ਵੱਜਿਆ ਸੱਤਾ ਪਲਟ ਗਈ ਤੇ 2007 ਦੇ ਵਿੱਚ ਸ਼੍ਰੋਮਣੀ ਕਾਲੀ ਦਲ ਤੇ ਭਾਜਪਾ ਦਾ ਗੱਠ ਜੋੜਾ ਉਹ ਸਰਕਾਰ ਦੇ ਵਿੱਚ ਆ ਜਾਂਦਾ ਗੁਰਸੇਵਕਾ ਜੀ ਹੁਣ ਤੁਹਾਡਾ ਸਵਾਲ ਇੱਥੋਂ ਸ਼ੁਰੂ ਹੁੰਦਾ ਹੈ ਗੱਠ ਚੋੜ ਹੋਂਦ ਚ ਆ ਗਿਆ ਸੀ ਸਰਕਾਰ ਚ ਆ ਗਿਆ ਸੀ ਉਸ ਤੋਂ ਬਾਅਦ ਇਹ ਪੰਜਾਬ ਦੇ ਮਾਲਵੇ ਨੂੰ ਡੇਰੇ ਦੀਆਂ ਕਾਰਵਾਈਆਂ ਦੇ ਗੱੜ ਦੇ ਤੌਰ ਤੇ ਜਿਹੜੀਆਂ ਚਰਚਾਵਾਂ ਕਹਿੰਦੀਆਂ ਕਿਉਂ ਵਰਤੇ ਗਿਆ ਕੀ ਇਹਦੇ ਪਿੱਛੇ ਤਰਕ-ਵਤਰਕ ਕੀ ਕੰਮ ਕਰਦਾ ਹੈ ਸਿਆਸੀ ਮਾਹਰ ਕਹਿੰਦੇ ਨੇ ਕਿ 2007 ਦੀ ਜਿੱਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸਰਵੇ ਕਰਾਇਆ ਜੀ ਸਰਵੇ ਕੀ ਸੀ ਕਿ 69 ਸੀਟਾਂ ਨੇ ਮਾਲਵੇ ਦੀਆਂ ਜਿਹਦੇ ਵਿੱਚੋਂ 25 ਸੀਟਾਂ ਸਾਨੂੰ ਆਈਆਂ ਨੇ ਇੰਨੀਆਂ ਬਾਕੀ ਸੀਟਾਂ ਸਾਨੂੰ ਕਿਉਂ ਨਹੀਂ ਆਈਆਂ ਚਾਹੇ ਅਸੀਂ ਸੱਤਾ ਦੇ ਵਿੱਚ ਆ ਗਏ ਜੀ ਸ਼੍ਰੋਮਣੀ ਅਕਾਲੀ ਦਲ ਜਦੋਂ ਵੀ ਸੱਤਾ ਵਿੱਚ ਆਉਂਦਾ ਰਿਹਾ ਹੈ ਮਾਲਵੇ ਦੇ ਵਿੱਚੋਂ ਭਰਮਾ ਹੰਗਾਰਾ ਰਿਹਾ ਪਰ 2007 ਦੇ ਵਿੱਚ ਜਦੋਂ ਇਹ ਸੱਤਾ ਚਾਉਂਦੇ ਨੇ 7 ਤੋਂ 12 ਤੇ 12 ਤੋਂ ਫਿਰ 17 ਜੀ ਜਦੋਂ ਇਹ 7 ਦੇ ਵਿੱਚ ਸੱਤਾ ਚਾਉਂਦੇ ਨੇ ਤਾਂ ਉਸ ਵਕਤ ਮਾਲਵੇ ਵਿੱਚ ਰਿਸਪੌਂਸ ਮੱਠਾ ਕਿਉਂ ਰਿਹਾ ਅੰਦਰੋਂ ਗੱਲ ਨਿਕਲ ਕੇ ਆਈ ਕਿ ਡੇਰੇ ਦੀ ਸਪੋਰਟ ਐਸ ਵਾਰੀ ਫਿਰ ਪੰਜੇ ਨਾਲ ਸੀ ਹੂੰ ਉਸ ਵਕਤ ਇਹਨਾਂ ਨੇ ਸੋਚਿਆ ਕਿ ਮਾਲਵੇ ਦੇ ਵਿੱਚ ਵੋਟ ਬੈਂਕਾ ਜਿਹੜਾ ਉਹ ਸਟਰੋਂਗ ਕੀਤਾ ਜਾਵੇ ਤਾਂ ਜੋ ਆਉਣ ਵਾਲੀਆਂ ਸਰਕਾਰਾਂ ਜਾਂ ਜਿਸ ਤਰੀਕੇ ਦਾ ਨਾਰਾ ਸੀ ਕਿ ਅਸੀਂ ਰਾਜਨੀ ਸੇਵਾ ਕਰਦੇ ਹਾਂ ਤੇ ਇਹ ਸੇਵਾ ਅਸੀਂ 25 ਸਾਲ ਕਰਨੀ ਆ ਜੀ ਉਦੋਂ ਬਾਅਦ ਡੇਰੇ ਨੂੰ ਕੁਝ ਖੁੱਲਾ ਕਹਿੰਦੇ ਬਖਸ਼ੀਆਂ ਗਈਆਂ ਦਿੱਤੀਆਂ ਗਈਆਂ ਉਹਨਾਂ ਖੁੱਲਾਂ ਦਾ ਹੀ ਨਤੀਜਾ ਸੀ ਗੁਰਸੇਵਕ ਕਿ ਸਲਾਬਤਪੁਰਾ ਡੇਰੇ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਸਵਾਂਗਰ ਚਾਉਣਾ ਜੀ ਸੱਤ ਸਤਾਰੇ ਬਣਾਉਣ ਦੀ ਗੱਲ ਕਰਨੀ ਤੇ ਉਦੋਂ ਇਹ ਵਿਵਾਦ ਆ ਜਿਹੜਾ ਉਹ ਸ਼ੁਰੂ ਹੁੰਦਾ ਹੈ ਜਦੋਂ ਸਲਾਬਤਪੁਰੇ ਵਿੱਚ ਇਹ ਸਭ ਕੁਝ ਹੁੰਦਾ ਹੈ ਉਸ ਵਕਤ ਸਾਡੇ ਸਿੱਖ ਵੀਰ ਤੇ ਸਾਡੇ ਹੀ ਉਹ ਪ੍ਰੇਮੀ ਵੀਰ ਟੱਕਰ ਦੇ ਵਿੱਚ ਆਉਂਦੇ ਨੇ ਇਹ ਸਿਆਸੀ ਟੱਕਰ ਕਹੀਏ ਇਹ ਦੋ ਧਰਮਾਂ ਦੀ ਟੱਕਰ ਕਹੀਏ ਕੀ ਕਹੀਏ ਇਹਨੂੰ ਕੀ ਇਹਨੂੰ ਨਾਂ ਦਈਏ ਇਹ ਤੇ ਵੱਖਰੀਆਂ ਵੱਖਰੀਆਂ ਚਰਚਾਵਾਂ ਆਪਣੇ ਲੋਕਾਂ ਦੇ ਵਿਚਾਰ ਇੱਕ ਪਾੜਾ ਸੀਗਾ ਬਿਲਕੁਲ ਪਰ ਜਦੋਂ ਅਸੀਂ ਇਸ ਤੋਂ ਅੱਗੇ ਵੇਖਦੇ ਹਾਂ ਤਾਂ ਸ਼੍ਰੀ ਕਾਲ ਤੱਕ ਸਭ ਸ਼ਕਤੀ ਦੇ ਨਾਲ ਇਹ ਤੇ ਕਾਰਵਾਈ ਕਰਦਾ ਤੇ ਬਠਿੰਡੇ ਦੇ ਵਿੱਚ ਕੇਸ ਆ ਜਿਹੜਾ ਉਹ ਦਰਜ ਹੋ ਜਾਂਦਾ ਹੈ ਇਸ ਤਰੀਕੇ ਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਅੱਗ ਲਾਈ ਗਈ ਮੈਂ ਸਮੇਂ ਨੂੰ ਨਿਗਾ ਵਿੱਚ ਰੱਖ ਕੇ ਉਹਨੀਆਂ ਗੱਲਾਂ ਸਾਂਝੀਆਂ ਕਰੂੰਗਾ ਸਾਡੇ ਦਰਸ਼ਕਾਂ ਨਾਲ ਹਾਲਾਂਕਿ ਇਹ ਕਿੱਥੇ ਮੀਟਿੰਗਾਂ ਹੋਈਆਂ ਕਿਹੜੇ ਬਹੁਤ ਵੱਡੇ ਹਿੰਦੀ ਦੇ ਸਟਾਰ ਦੇ ਘਰੇ ਮੀਟਿੰਗਾਂ ਹੋਈਆਂ ਕਿਹਨੇ ਮੀਟਿੰਗਾਂ ਜਿਹੜੀਆਂ ਉਹ ਸਿਆਸੀ ਆਗੂ ਤੇ ਬਾਬੇ ਵਿੱਚ ਕਰਾਈਆਂ ਬਹੁਤ ਚਰਚਾਵਾਂ ਨੇ ਮੌਦੇ 'ਚ ਨਹੀਂ ਜਾਂਦਾ ਪਰ ਦੇਖੋ ਇਸ ਤੋਂ ਵੀ ਅਗਲੀ ਗੱਲ ਜੀ ਸੱਤ ਦੇ ਵਿੱਚ ਇਹ ਹੋਣ ਚਾਹੁੰਦੇ ਨੇ ਅਗਲਾ ਇਲੈਕਸ਼ਨ 12 ਚਾਹਣਾ 12 ਦੇ ਇਲੈਕਸ਼ਨ ਤੋਂ 5 ਦਿਨ ਪਹਿਲਾਂ ਕਰ ਸਹਿਬ 5 ਦਿਨ ਪਹਿਲਾਂ ਜਿਹੜਾ ਉਹ ਕੇਸ ਦਰਜ ਕੀਤਾ ਗਿਆ ਸੀ ਡੇਰੇ ਦੇ ਖਿਲਾਫ ਜਾਂ ਕਹਿ ਲਓ ਬਾਬੇ ਦੇ ਖਿਲਾਫ ਉਹ ਵਾਪਸ ਲੈ ਲਿਆ ਜਾਂਦਾ ਹੈ ਜੀ ਕਿਉਂ ਕਿਉਂਕਿ 12 ਦੇ ਵਿੱਚ ਇਲੈਕਸ਼ਨ ਆ ਗਿਆ ਉਸ ਇਲੈਕਸ਼ਨ ਦੇ ਵਿੱਚ ਉਹ ਵੋਟ ਦਾ ਭਗਤਾਨ ਜਿਹੜੇ ਸਿਆਸੀ ਮਾਹਰ ਕਹਿੰਦੇ ਨੇ ਉਹ ਕਰਵਾਉਣਾ ਹੋਊਗਾ ਹਾਲਾਂਕਿ ਮੈਂ ਇਹਦੀ ਕੋਈ ਪੁਸ਼ਟੀ ਨਹੀਂ ਕਰਦਾ ਪਰ ਮੈਂ ਚਰਚਾਵਾਂ ਨੂੰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਜਿਹੜੇ ਦ੍ਰਿਸ਼ਟੀਕੋਣ ਸਾਡੇ ਸਿਆਸੀ ਮਾਹਰ ਬਣਾ ਰਹੇ ਨੇ ਮੈਂ ਉਹਨਾਂ ਨੂੰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹੈ। ਹੈਰਾਨੀ ਵਾਲੀ ਗੱਲ ਬਠਿੰਡਾ ਦੇ ਜਿਹੜੇ ਜੱਜ ਸਬਾਨ ਨੇ ਜਾਂ ਅਸੀਂ ਕਹਿ ਲਈਏ ਕਿ ਸੈਸ਼ਨ ਜੱਜ ਨੇ ਉਹਨਾਂ ਨੇ ਕਹਿ ਦਿੱਤਾ ਜੀ ਮੈਂ ਤਾਂ ਕੇਸ ਰੱਦ ਨਹੀਂ ਕਰੂੰਗਾ। ਹੂੰ। ਮੈਂ ਤਾਂ ਸਭ ਤੋਂ ਪਹਿਲਾਂ ਇਹ ਕੇਸ ਸੁਣੂੰਗਾ। ਉਸ ਤੋਂ ਬਾਅਦ ਰੱਦ ਕੀਤਾ ਜਾਊਗਾ। ਤਾਂ ਉਹਨਾਂ ਦੀ ਬਦਲੀ ਕਰ ਦਿੱਤੀ ਜਾਂਦੀ ਹੈ। ਉਹਨਾਂ ਦੀ ਥਾਂ ਦੇ ਉੱਤੇ ਨਵੇਂ ਜੱਜ ਸਾਹਿਬ ਆਉਂਦੇ ਨੇ ਤੇ ਉਹ ਆ ਕੇ ਕੇਸ ਨੂੰ ਇਮੀਡੀਏਟਲੀ ਜਿਹੜਾ ਉਹ ਰੱਦ ਕਰ ਦਿੰਦੇ ਨੇ ਜੀ 12 ਦਾ ਇਲੈਕਸ਼ਨ ਹੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਵਾਰੀ ਫੇਰ ਗਠਜੋੜ ਦੇ ਵਿੱਚ ਹੋਂਦ ਚ ਆ ਜਾਂਦੇ ਨੇ ਸਰਕਾਰ ਵਿੱਚ ਆ ਜਾਂਦੀ ਨਹੀਂ ਇਹ 7 ਤੋਂ ਨਹੀਂ ਇਹ 2 ਤੋਂ ਡੇਰੇ ਦਾ ਜਿਹੜਾ ਦਖਲ ਹਾਲਾਂਕਿ ਉਸ ਤੋਂ ਵੀ ਪਿੱਛੇ ਐ ਪਰ 2 ਤੋਂ ਸਪਸ਼ਟ ਪ੍ਰੂਫ ਵਿੱਚ ਆਇਆ ਤੇ ਇਹ ਟੱਕਰ ਆ ਜਿਹੜੀ ਉਹ ਸਾਡੇ ਹੀ ਭਰਾਵਾਂ ਦੇ ਵਿੱਚ ਹੋਣੀ ਸ਼ਾਮਲ ਹੋਗੀ ਸ਼ੁਰੂ ਹੋ ਗਈ ਤੇ ਸਿਆਸਤ ਨੇ ਸਾਡੇ ਹੀ ਲੋਕਾਂ ਨੂੰ ਚਾਹੇ ਉਹ ਪ੍ਰੇਮੀ ਵੀਰ ਨੇ ਚਾਹੇ ਸਿੱਖ ਵੀਰ ਨੇ ਉਹਨਾਂ ਨੂੰ ਆਪਣੇ ਪ੍ਰਪੋਗੰਡੇ ਵਿੱਚ ਫਸਾ ਕੇ ਵਰਤ ਲਿਆ ਇੱਥੋਂ ਤੱਕ ਦਾ ਜਿਹੜਾ ਸਿਆਸੀ ਤਾਣਾ ਬਾਣਾ ਜੀ ਉਹ ਸਾਡੇ ਸਮਝ ਦੇ ਵਿੱਚ ਆਉਂਦਾ ਅੱਗੇ ਚੱਲਦੇ ਹਾਂ ਜੀ ਜੂਨ 2015 ਦੇ ਵਿੱਚ ਪਿੰਡ ਬੁਰਜ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਤੇ ਫਿਰ ਘਟਨਾਵਾਂ ਦਾ ਉਹਨਾਂ ਦਾ ਮੋੜ ਸਿਲਸਲਾ ਸ਼ੁਰੂ ਹੋ ਜਾਣਾ ਬਹੁਤੇ ਲੋਕਾਂ ਨੂੰ ਲੱਗਦਾ ਹੋਊਗਾ ਕਿ ਇਸ ਸਿਆਸਤ ਤੇ ਇਸ ਵੋਟ ਬੈਂਕ ਨੂੰ ਧਾਰਮਿਕ ਵੋਟ ਬੈਂਕ ਨੂੰ ਇੱਥੇ ਹੀ ਬ੍ਰੇਕ ਲੱਗੇ ਹੋਣਗੇ ਜੀ ਪਰ ਨਹੀਂ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਪਿੰਡ ਬੁਰਜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਕਰਨਾ ਮੈਂ ਇੱਥੇ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਇਤਿਹਾਸ ਦੇ ਵਿੱਚ ਇਹ 1 ਜੂਨ 2115 ਉਹ ਪਹਿਲਾ ਤੇ ਕਾਲਾ ਦਿਨ ਸੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਹੋਈ ਹੈ ਇਸ ਤੋਂ ਪਹਿਲਾਂ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਤਿਹਾਸ ਦੇ ਵਿੱਚ ਚੋਰੀ ਨਹੀਂ ਹੋਈ ਜੀ ਪਿੰਡ ਬੁਰਜ ਵਿੱਚ ਇਹ ਚੋਰੀ ਹੁੰਦੀ ਹੈ ਦੇਖੋ ਦੋਨੇ ਐਂਗਲਾਂ ਨੂੰ ਦੇਖਿਓ ਇੱਕ ਪਾਸੇ ਸਿਆਸਤ ਨਾਲ ਜੁੜੇ ਹੋਏ ਹਿੱਤ ਪੂਰੇ ਜਾ ਰਹੇ ਨੇ ਹੂੰ ਦੂਸਰੇ ਪਾਸੇ ਉਸ ਧਾਰਮਿਕ ਕੱਟੜਵਾਦ ਨਹੀਂ ਕਟਤਨ ਨੂੰ ਵਰਤ ਕੇ ਪ੍ਰੇਮੀਆਂ ਨੂੰ ਪੱਕੇ ਕੀਤਾ ਜਾ ਰਿਹਾ ਹੈ ਡੇਰੇ ਪ੍ਰਤੀ ਪੱਕੇ ਕੀਤਾ ਜਾ ਰਿਹਾ ਹੈ ਮੈਂ ਕਿਸੇ ਧਰਮ ਕਿਸੇ ਡੇਰੇ ਦੇ ਖਿਲਾਫ ਨਹੀਂ ਮੈਂ ਬਣੀਆਂ ਹੋਈਆਂ ਸਟ੍ਰੈਟਜੀ ਹੋਈਆਂ ਚਰਚਾਵਾਂ ਲੱਗਦੇ ਸਿਆਸੀ ਟੇਵੇ ਤੁਹਾਡੇ ਨਾਲ ਸਾਂਝੇ ਕਰਦਾ ਜੀ ਪਿੰਡ ਬੁਰਜ ਦੇ ਵਿੱਚ ਇਹ ਸਭ ਕੁਝ ਵਾਪਰਦਾ ਹੈ ਤੇ ਐਫ ਆਈ ਆਰ ਰੂਟੀਨ ਚ ਹੁੰਦੀ ਹੈ ਰੂਟੀਨ ਚ ਮੈਂ ਤਾਂ ਕਿਹਾ ਕਿ ਜਦੋਂ ਧਾਰਮਿਕ ਭਾਵਨਾਵਾਂ ਦੀ ਗੱਲ ਹੁੰਦੀ ਹੈ ਨਾ ਉਦੋਂ ਸ਼ਕਤੀ ਦੇ ਨਾਲ ਪ੍ਰਸ਼ਾਸਨ ਅੱਗੇ ਆਉਂਦਾ ਹੈ ਕਿ ਕਿਤੇ ਇਹ ਬਹੁਤ ਵੱਡਾ ਪ੍ਰਮੋਕਾ ਨਾ ਬਣ ਜੇ ਅੱਗ ਦਾ ਇਹਦੇ ਨਾਲ ਪੰਜਾਬ ਕਿਤੇ ਸੜ ਨਾ ਜਾਵੇ ਪਰ ਇਹਨੂੰ ਰੂਟੀਨ ਚ ਹੀ ਰੱਖਣਾ ਤੇ ਰੂਟੀਨ ਚ ਵੀ ਉਸ ਵਕਤ ਰੱਖਣਾ ਜਦੋਂ ਕੋਈ ਪਾਰਟੀ ਹੈ ਉਹੋ ਧਾਰਮਿਕ ਭਾਵਨਾਵਾਂ ਦੇ ਨਾਲ ਜੁੜੀ ਹੋਈ ਸੱਤਾ ਚ ਹੂੰ ਫਿਰ ਵੀ ਰੁਟੀਨ ਦੇ ਵਿੱਚ ਜੀ 24 ਤੇ 25 ਸਤੰਬਰ ਨੂੰ ਬਗਰਾੜੀ ਪਿੰਡ ਦੇ ਵਿੱਚ ਪੋਸਟਰ ਲੱਗਦੇ ਨੇ ਪੋਸਟਰਾਂ ਤੇ ਕੀ ਲਿਖਿਆ ਕਿ ਸਿੱਖੋ ਤੁਹਾਡਾ ਗੁਰੂ ਸਾਡੇ ਕੋਲ ਹੈ ਇਸੇ ਹੀ ਪਿੰਡ ਵਿੱਚ ਹੈ ਜੇਕਰ ਲੱਭ ਸਕਦੇ ਹੋ ਤਾਂ ਲੱਭ ਲਓ ਹੂੰ ਪ੍ਰਸ਼ਾਸਨ ਫਿਰ ਸੁਸਤ ਹੈ ਕੋਈ ਕਾਰਵਾਈ ਨਹੀਂ ਜੇ ਇੱਥੇ ਵੀ ਪ੍ਰਸ਼ਾਸਨ ਉੱਠਦਾ ਜਾਂ ਆਕਾ ਠਾ ਲੈਂਦੇ ਸ਼੍ਰੀ ਕਾਗਤਕ ਸਾਹਿਬ ਦੇ ਤਰਫ ਤੋਂ ਜੇ ਦਬਾਅ ਵੱਧਦਾ ਤਾਂ ਸਿੱਟੇ ਅੱਜ ਜਿਹੜੇ ਨਿਕਲ ਰਹੇ ਨੇ ਇਹ ਨਾ ਨਿਕਲਦੇ ਤਾਂ ਸਤੰਬਰ 24 25 ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇੱਥੇ ਇੱਕ ਬਹੁਤ ਵੱਡਾ ਜਿਹੜਾ ਮੋੜ ਆਉਂਦਾ ਹੈ ਉਹ ਮੋੜ ਆਉਂਦਾ ਹੈ 12 ਅਕਤੂਬਰ ਨੂੰ ਜੀ 12 ਅਕਤੂਬਰ 2115 ਨੂੰ ਪਿੰਡ ਬਗਰਾੜੀ ਦੇ ਵਿੱਚ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਪਵਿੱਤਰ ਅੰਗ ਗਲੀਆਂ ਵਿੱਚ ਖਿਲਾਰੇ ਜਾਂਦੇ ਨੇ ਪਾੜੇ ਜਾਂਦੇ ਨੇ ਇਹ ਗੱਲ ਭੂਕਾ ਬਣਦੀ ਹੈ ਜੀ ਇਹ ਗੱਲ ਸਿੱਖਾਂ ਤੋਂ ਹਾਜਮ ਨਹੀਂ ਹੁੰਦੀ ਜਾਂ ਕਹਿ ਲਈਏ ਕਿ ਬਰਦਾਸ਼ਤ ਕਰਨ ਯੋਗ ਇਹ ਸੀ ਨਹੀਂ ਮੈਂ ਤਾਂ ਨਹੀਂ ਕਹਿੰਦਾ ਕਿ ਮੈਂ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਹਾਂ ਭਾਵਨਾਵਾਂ ਬਲੁੰਧਰੀਆਂ ਗਈਆਂ ਜੀ ਮੈਂ ਤਾਂ ਕਹਿੰਨਾ ਹੈ ਕਿ ਚਾਹੇ ਹਿੰਦੂ ਵੀਰ ਹੋਵੇ ਸਿੱਖ ਵੀਰ ਹੋਵੇ ਮੁਸਲਮਾਨ ਵੀਰ ਹੋਵੇ ਕਿਸੇ ਦੀਆਂ ਭਾਵਨਾਵਾਂ ਦੇ ਨਾਲ ਧਾਰਮਿਕ ਭਾਵਨਾਵਾਂ ਨਾਲ ਜਦੋਂ ਖਲਵਾੜ ਹੁੰਦਾ ਨਾ ਗਰਸੇਵਕ ਤਾਂ ਉਸ ਵਕਤ ਫੇਰ ਤੁਸੀਂ ਜਾਨਾ ਨਿਸ਼ਾਵਰ ਕਰਨ ਤੇ ਕਰ ਜਾਨੇ ਹੋ ਜੀ ਪਰ ਸਰਕਾਰ ਇੱਥੇ ਵੀ ਕਿਉਂ ਨਹੀਂ ਜਾਗੀ ਇਸ ਗੱਲ ਦੇ ਉੱਤੇ ਵੀ ਉਹਨਾਂ ਨੇ ਸਹੀ ਲੋਕ ਆਈਡੈਂਟੀਫਾਈ ਕਰ ਲਏ ਜਾਂਦੇ ਹਾਲਾਂਕਿ ਦੋ ਮੁੰਡੇ ਆਈਡੈਂਟੀਫਾਈ ਕੀਤੇ ਜਾਂਦੇ ਨੇ ਉਸ ਵਿਰਲ ਦੇ ਡਿਪਟੀ ਮੁੱਖ ਮੰਤਰੀ ਕਹਿੰਦੇ ਨੇ ਕਿ ਸ਼ੁਕਰ ਹੈ ਪ੍ਰਮਾਤਮਾ ਦਾ ਮੈਂ ਗੁਰੂ ਘਰ ਜਾ ਕੇ ਨੱਕ ਮਸਤਕ ਹੁੰਨਾ ਕਿ ਇਹ ਮੁੰਡੇ ਸਾਨੂੰ ਪਤਾ ਲੱਗ ਗਿਆ ਇਹਨਾਂ ਨੇ ਬੇਅਦਬੀ ਕੀਤੀ ਹੈ ਜੀ ਬਾਅਦ ਵਿੱਚ ਲੋਕ ਲਹਿਰ ਦਾ ਪ੍ਰੈਸ਼ਰ ਬਣਦਾ ਤੇ ਉਹ ਮੁੰਡੇ ਛੱਡਣੇ ਪੈਂਦੇ ਨੇ ਜੇਕਰ ਪ੍ਰਮਾਤਮਾ ਦਾ ਸ਼ੁਕਰ ਕੀਤਾ ਸੀ ਤੁਸੀਂ ਸਹੀ ਆਈਡੈਂਟੀਫਾਈ ਕੀਤੇ ਸੀ ਤਾਂ ਫਿਰ ਹੱਥਾਂ ਨਾਲ ਦਿੱਤੀਆਂ ਗੰਢਾਂ ਤੁਸੀਂ ਮੂੰਹ ਨਾਲ ਕਿਉਂ ਖੋਲੀਆਂ ਸਵਾਲ ਇੱਕ ਇਹ ਵੀ ਰਹਿ ਜਾਂਦਾ ਜੀ ਜਦੋਂ ਇਹ ਸਭ ਕੁਝ ਵਾਪਰ ਜਾਂਦਾ ਹੈ ਤਾਂ ਫਿਰ 12 ਦੀ ਹੀ ਸ਼ਾਮ ਨੂੰ ਕੋਟਕਪੂਰਾ ਦੇ ਵਿੱਚ ਸ਼ਾਂਤ ਮਈ ਸ਼ਾਮ ਨੂੰ ਅੰਦੋਲਨਾ ਜਿਹੜਾ ਸ਼ੁਰੂ ਹੋ ਜਾਂਦਾ ਹੈ ਇਹ ਅੰਦੋਲਨ ਜਦੋਂ ਚੱਲਦਾ ਹੈ ਤਾਂ 14 ਦੀ ਸਵੇਰ 5 ਵਜੇ ਦਾ ਵਕਤ ਹੈ ਜੀ 14 ਅਕਤੂਬਰ 2015 ਸਵੇਰ 5 ਵਜੇ ਦਾ ਵਕਤ ਹੈ ਸ਼ਾਂਤ ਮਈ ਤਰੀਕੇ ਦੇ ਨਾਲ ਬੈਠੇ ਹੋਏ ਲੋਕਾਂ ਦੇ ਉੱਤੇ ਗੋਲੀ ਚੱਲ ਜਾਂਦੀ ਹੈ ਇੱਕ ਰਸੇ ਹੂੰ ਤੇ ਉਸ ਤੋਂ 3 ਘੰਟੇ ਬਾਅਦ ਬਾਬਲ ਕਲਾਂ ਦੇ ਵਿੱਚ ਗੋਲੀ ਚੱਲਦੀ ਹੈ ਜੀ ਕੋਟਕਪੂਰਾ ਬੱਤੀਆਂ ਵਾਲੇ ਚੌਂਕ ਦੇ ਵਿੱਚ ਗੋਲੀ ਚੱਲਦੀ ਹੈ ਤੇ 44 ਲੋਕ ਜ਼ਖਮੀ ਹੁੰਦੇ ਨੇ ਤੇ ਜਦੋਂ ਅਸੀਂ ਬਾਬਲ ਕਲਾਂ ਦੀ ਗੱਲ ਕਰਦੇ ਹਾਂ ਜ਼ਖਮੀਆਂ ਤੋਂ ਇਲਾਵਾ ਇੱਥੇ ਦੋ ਸ਼ਹੀਦਾਂ ਵੀ ਹੁੰਦੇ ਆ ਇੱਥੇ ਵੀ ਕੋਈ ਬਹੁਤ ਵੱਡੀਆਂ ਕਾਰਵਾਈਆਂ ਹਾਲਾਂਕਿ ਅਸੀਂ ਜੇਕਰ ਗੱਲ ਕਰੀਏ 15 ਦੀ ਤੇ 17 ਦੇ ਵਿੱਚ ਸਰਕਾਰ ਦਾ ਵਕਤ ਪੂਰਾ ਹੁੰਦਾ ਹੈ ਅਗਰ ਸੇਵਕ ਜੀ ਦੋ ਸਾਲ ਸੀਗੇ ਇਹ ਜਾਂਚ ਕਰ ਸਕਦੇ ਸੀ ਕਮਿਸ਼ਨ ਬਣਾ ਦਿੱਤਾ ਗਿਆ ਜਸਟਿਸ ਜੋਰਾ ਸਿੰਘ ਦੇ ਨਾਂ ਤੇ ਕਮਿਸ਼ਨ ਬਣਦਾ ਹੈ ਕਮਿਸ਼ਨਰ ਰਿਪੋਰਟ ਵੀ ਦਿੰਦਾ ਹੈ ਪਰ ਰਿਪੋਰਟ ਕੌਣ ਪੜ੍ਹਦਾ ਹੈ ਸੁਣ ਵਿੱਚ ਆਇਆ ਕਿ ਦਫ਼ਤਰ ਦੇ ਚਪੜਾਸੀ ਨੇ ਉਹ ਰਿਪੋਰਟ ਪੜ੍ਹੀ ਸੀ ਉਸ ਜਸਟਿਸ ਜੋਰਾ ਸਿੰਘ ਦੇ ਕਮਿਸ਼ਨ ਨੂੰ ਕਿੰਨੀ ਸਪੋਰਟ ਕੀਤੀ ਗਈ ਕਿੰਨੀ ਨਹੀਂ ਕੀਤੀ ਗਈ ਬਹੁਤੀਆਂ ਗੱਲਾਂ ਜਿਹੜੀਆਂ ਉਹ ਪੁੱਛਣਾ ਚਾਹੁੰਦਾ ਸੀ ਪ੍ਰਸ਼ਾਸਨ ਤੋਂ ਜਿਸ ਤਰੀਕੇ ਦੇ ਨਾਲ ਕੈਮਰਾ ਫੁਟੇਜ ਕੋਟਕਪੂਰਾ ਚੌਂਕ ਦੇ ਵਿੱਚ ਲੱਗੇ ਹੋਏ ਕੈਮਰਿਆਂ ਦੀ ਫੁਟੇਜ ਮੰਗੀ ਸੀ ਜਸਟਿਸ ਜੂਰਾ ਸਿੰਘ ਕਮਿਸ਼ਨ ਨੇ ਜੀ ਇਹਨਾਂ ਨੇ ਉਹ ਦਿੱਤੀ ਨਹੀਂ ਕਹਿੰਦੇ ਜੀ ਉਹ ਤਾਂ ਟਰੱਕ ਵਿੱਚ ਵੱਜ ਗਿਆ ਕੈਮਰੇ ਖਰਾਬ ਹੋ ਗਏ ਉਹ ਫੁਟੇਜ ਹੈ ਹੀ ਨਹੀਂ ਹੂੰ ਬਾਅਦ ਵਿੱਚ ਇਹ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਤੇ ਉਹਦਾ ਹੀ ਹੁਣ ਜਿਹੜਾ ਚਲਾਨ ਹੈ ਉਹ ਪੇਸ਼ ਹੋਇਆ ਤੇ ਇਹ ਕਿ ਪਹਿਲਾ ਚਲਾਨ ਨਹੀਂ ਇਹ 10ਵਾਂ ਚਲਾਨ ਹੈ ਕਿਸਾਨ ਸੇਵਕ ਜਿਹੜਾ ਪੇਸ਼ ਕਰ ਦਿੱਤਾ ਗਿਆ ਹੈ ਅੱਗੇ ਚਲੀਏ ਤਾਂ ਜੀ ਸਤੰਬਰ 2015 ਦੇ ਵਿੱਚ ਇੱਕ ਮੀਟਿੰਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰੇ ਬੁਲਾਈ ਜਾਂਦੀ ਹੈ ਕੀ ਇਹ ਮਾਮਲੇ ਦੇ ਵਿੱਚ ਨਵਾਂ ਮੋੜ ਸੀ ਕਿਸਾਨ ਸੇਵਕ 24 ਸਤੰਬਰ 2015 ਨੂੰ ਇਹ ਮੀਟਿੰਗ ਹੈ ਜਿਹੜੀ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਘਰੇ ਬੁਲਾਈ ਜਾਂਦੀ ਹੈ ਮੀਟਿੰਗ ਤੁਸੀਂ ਘਰੇ ਬੁਲਾ ਸਕਦੇ ਹੋ ਪਰ ਉਹਦੇ ਵਿੱਚ ਕਿਹੜੀਆਂ ਸ਼ਕਤੀਆਂ ਹੋਣੀਆਂ ਚਾਹੀਦੀਆਂ ਤੁਸੀਂ ਪ੍ਰਸ਼ਾਸਨਿਕ ਮੀਟਿੰਗਾਂ ਆਪਣੀ ਸਿਹਤ ਦਾ ਹਵਾਲਾ ਦਿੰਦੇ ਘਰ ਬੁਲਾ ਸਕਦੇ ਹੋ ਤੁਸੀਂ ਕੈਬਨਟ ਦੇ ਮੰਤਰੀਆਂ ਨੂੰ ਆਪਣੇ ਐਮਐਲਏ ਨੂੰ ਪਾਰਟੀ ਦੇ ਸਗਠਨ ਨੂੰ ਆਪਣੇ ਘਰ ਬੁਲਾ ਸਕਦੇ ਹੋ ਪਰ ਇਸ ਮੀਟਿੰਗ ਦੇ ਵਿੱਚ ਸ਼੍ਰੀ ਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਤੇ ਹੋਰ ਵੱਡੀਆਂ ਪੰਥ ਦੀਆਂ ਸ਼ਖਸੀਅਤਾਂ ਨੂੰ ਘਰੇ ਬੁਲਾਇਆ ਗਿਆ ਜੀ ਆਪਣੇ ਆਪ ਦੇ ਵਿੱਚ ਇੱਕ ਨਵਾਂ ਰਵਾਜ਼ ਸੀ ਮੇਰੇ ਖਿਆਲ ਦੇ ਨਾਲ ਤਖਤਾਂ ਦੇ ਜਥੇਦਾਰ ਸਹਿਬਾਨਾਂ ਦਾ ਇਹ ਇੱਕ ਤਰੀਕੇ ਦੇ ਨਾਲ ਨਰਾਦਰ ਸੀ ਇਹ ਮੀਟਿੰਗ ਹੀ ਆਪਣੇ ਆਪ ਵਿੱਚ ਨਵਾਂ ਮੋੜ ਹੈ ਸਿਆਸੀ ਮਾਰ ਕਹਿੰਦੇ ਨੇ ਕਿ ਇਸ ਮੀਟਿੰਗ ਤੋਂ ਬਾਅਦ ਹੀ 2007 ਵਾਲੀ ਘਟਨਾ ਦੇ ਵਿੱਚ ਜਿਹੜਾ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਸਿੱਖਾਂ ਦੁਆਰਾ ਸਿਰਸਾ ਡੇਰੇ ਦੇ ਖਿਲਾਫ ਜੀ ਉਸ ਹੁਕਮਨਾਮੇ ਨੂੰ ਵਾਪਸ ਲਿਆ ਗਿਆ ਆਧਾਰ ਕੀ ਬਣਾਇਆ ਗਿਆ ਕਹਿੰਦੇ ਜੀ ਡੇਰਾ ਸਿਰਸਾ ਦੀ ਤਰਫ ਤੋਂ ਇੱਕ ਜਿਹੜੀ ਚਿੱਠੀ ਹੈ ਉਹ ਆ ਗਈ ਹੈ ਉਹਦੇ ਵਿੱਚ ਉਹਨਾਂ ਦੇ ਮੁਖੀ ਨੇ ਮਾਫੀ ਮੰਗ ਲਈ ਹੈ ਪਰ ਬਹੁਤੇ ਪੱਤਰਕਾਰ ਵੀ ਕਹਿੰਦੇ ਨਹੀਂ ਜੀ ਅੰਦਰਲੇ ਲੋਕ ਕਹਿੰਦੇ ਨੇ ਸੂਤਰ ਕਹਿੰਦੇ ਨੇ ਕਿ ਉਹ ਚਿੱਠੀ 5 ਸਾਲ ਪੁਰਾਣੀ ਸੀ ਹਾਂ ਉਹਦੇ ਵਿੱਚ ਕਿਸੇ ਤਰੀਕੇ ਦਾ ਮਾਫੀ ਸ਼ਬਦ ਨਹੀਂ ਸੀ ਸ਼੍ਰੀ ਕਾਲ ਤੱਕ ਸਾਹਿਬ ਜੀ ਦੇ ਕੰਪਿਊਟਰ ਨੂੰ ਵਰਤਿਆ ਗਿਆ ਉਹਦੇ ਨਾਲ ਮਾਫੀ ਸ਼ਬਦ ਉਹਦੇ ਵਿੱਚ ਪਾਇਆ ਗਿਆ ਤਾਂ ਇਹ ਸਾਰੇ ਕਸ ਦਾ ਮਾਹੌਲ ਜਿਹੜਾ ਸਿਰਜਿਆ ਗਿਆ ਜੀ ਇਹ ਮਾਹੌਲ ਸਿਰਜਣ ਤੋਂ ਬਾਅਦ ਸ਼੍ਰੀ ਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਮੈਂ ਅੱਜ ਤੱਕ ਨਹੀਂ ਦੇਖਿਆ ਕਿ ਸ਼੍ਰੀ ਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਕੋਈ ਨਕਮਸਤਕ ਨਾ ਹੋਵੇ ਕੋਈ ਸਤਕਾਰ ਨਾ ਕਰੇ ਨਕਮਸਤਕ ਤੋਂ ਪਾਵਾਂ ਸਤਕਾਰ ਨਾ ਕਰੇ ਕਿਉਂਕਿ ਅਸੀਂ ਉਹਨਾਂ ਨੂੰ ਸਿੱਖ ਪੰਥ ਦੇ ਵਿੱਚ ਬਹੁਤ ਸਤਕਾਰ ਦਿੰਦੇ ਹਾਂ ਪਰ ਉਹਨਾਂ ਦੇ ਪੁਤਲੇ ਬਣਾ ਕੇ ਪ੍ਰਕਰਮਾਂ ਦੇ ਵਿੱਚ ਘੜੀਸੇ ਗਏ ਤੇ ਉਹਨਾਂ ਨੂੰ ਅਗਨੀ ਭੇਟ ਕੀਤਾ ਗਿਆ ਉਸ ਤੋਂ ਬਾਅਦ ਜਥੇਦਾਰ ਸਾਹਿਬ ਜੀ ਤਖਤ ਤੇ ਆਉਣ ਜੋਗਰੇ ਨਹੀਂ ਰਹੇ ਜੀ ਇਹ ਸਾਰਾ ਕੁਝ ਹੁੰਦਾ ਗਿਆ ਤੇ ਇਸ ਦੇ ਉੱਤੇ ਦੇਖੋ ਉਹ ਚਿੱਠੀ ਬਣਾਈ ਗਈ ਬਣੀ ਮਾਫੀ ਦਿੱਤੀ ਗਈ 2007 ਵਾਲਾ ਹੁਕਮਨਾਮਾ ਜਿਹੜਾ ਜਾਰੀ ਕੀਤਾ ਸੀ ਵਾਪਸ ਲੈ ਲਿਆ ਗਿਆ ਘਰੇ ਮੀਟਿੰਗ ਬੁਲਾਈ ਗਈ ਇਹਦੀ ਐਡ ਦੇਣ ਦੇ ਲਈ ਅਖਬਾਰਾਂ ਦੇ ਵਿੱਚ ਦੱਸਣ ਦੇ ਲਈ 90 ਲੱਖ ਰੁਪਇਆ ਸਿੱਖ ਸੰਗਤ ਦਾ ਜਿਹੜਾ ਗੁਰੂ ਘਰਾਂ ਦੇ ਵਿੱਚ ਚੜਾਵੇ ਦੇ ਰੂਪ ਵਿੱਚ ਸ਼ਰਧਾ ਦੇ ਰੂਪ ਵਿੱਚ ਭੇਟ ਕੀਤਾ ਜਾਂਦਾ ਉਹ ਵਰਤਿਆ ਗਿਆ ਜੀ 90 ਲੱਖ ਰੁਪਇਆ ਇਸ ਪੂਰੇ ਦੇ ਪੂਰੇ ਚੀਜ਼ ਨੂੰ ਸਹੀ ਠਰਹਾਉਣ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਕੱਜਣ ਦੇ ਉੱਤੇ ਲਾ ਦਿੱਤਾ ਪਰ ਇਹ ਚੀਜ਼ਾਂ ਕੱਜੀਆਂ ਨਹੀਂ ਗਈਆਂ ਅੱਜ ਤੱਕ ਵੀ ਨਹੀਂ ਕੱਜੀਆਂ ਗਈਆਂ ਤੇ ਮੇਰੇ ਖਿਆਲ ਦੇ ਨਾਲ ਹੁਣ ਇਹ ਚੀਜ਼ਾਂ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਦੇ ਵਿੱਚ ਸ਼ਾਮਲ ਹੋ ਗਈਆਂ ਇਹ ਹੁਣ ਇਹਨਾਂ ਤੋਂ ਕੱਜੀਆਂ ਨਹੀਂ ਜਾਣੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਵਾਲਾ ਹੁਕਮਨਾਮਾ ਸੀਗਾ ਜੀ ਜੋ ਵਾਪਸ ਲੈ ਲਿਆ ਗਿਆ ਕਿ ਇਹ ਸਮੇਂ ਦੀ ਲੋੜ ਸੀ ਜਾਂ ਫਿਰ ਸਿਆਸਤ ਇਸ ਤੇ ਭਾਰੂ ਹੋ ਗਈ ਦੇਖੋ ਗੁਰਸੇਵਕ ਇਸ ਨੂੰ ਵੀ ਜੇ ਅਸੀਂ ਦੇਖੀਏ ਨਾ ਤਾਂ ਸਭ ਤੋਂ ਪਹਿਲਾਂ ਮਾਫੀ ਦੇਣੀ ਕਿ ਅਸੀਂ 2007 ਵਿੱਚ ਜਿਹੜੀ ਵਿਰੋਧਤਾ ਕਰਦੇ ਸੀ ਹੁਕਮਨਾਮੇ ਦੇ ਰੂਪ ਵਿੱਚ ਕਹਿ ਦਿੱਤਾ ਸੀ ਕਿ ਸਿੱਖ ਸੰਗਤ ਇਸ ਪ੍ਰੇਮੀ ਭਾਈਚਾਰੇ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖੇ ਫਿਰ ਤੁਸੀਂ ਆ ਕੇ ਇਸ ਹੁਕਮਨਾਮੇ ਨੂੰ ਰੱਦ ਕਰਦੇ ਹੋ 90 ਲੱਖ ਰੁਪਏ ਇਸ਼ਤਿਹਾਰ ਤੇ ਲਾਉਣੇ ਹੋ ਕਿ ਅਸੀਂ ਇਸ ਚੀਜ਼ ਨੂੰ ਵਾਪਸ ਕਰਦੇ ਆ ਜਦੋਂ ਇਹਦੇ ਉੱਤੇ ਬਵਾਲ ਹੁੰਦਾ ਹੈ ਰੋਸ ਹੁੰਦਾ ਹੈ ਸਿੱਖ ਸੰਗਤ ਵਿੱਚ ਕਿ ਤੁਸੀਂ ਇਹ ਮਾਫੀ ਕਿਵੇਂ ਦੇ ਦਿੱਤੀ ਤਾਂ ਫੇਰ ਤੁਸੀਂ ਇਹ ਮਾਫੀ ਹੈ ਜਿਹੜੀ ਉਸ ਨੂੰ ਰੱਦ ਕਰ ਦਿੰਦੇ ਹੋ ਜਾਂ ਕਹਿ ਲਓ ਕਿ ਉਸ ਗੱਲ ਨੂੰ ਵਾਪਸ ਲੈ ਲੈਣੀ ਜੀ ਬਹੁਤੇ ਲੋਕ ਕਹਿੰਦੇ ਨੇ ਕਿ ਇਹ ਵਾਪਸ ਲੈ ਲਿਆ ਇਹਦੇ ਨਾਲ ਸਿੱਖ ਸੰਗਤ ਦਾ ਜਿਹੜਾ ਪ੍ਰਭਾਵ ਹੈ ਪ੍ਰੈਸ਼ਰ ਹੈ ਉਹ ਸਾਡੇ ਆਗੂਆਂ ਨੇ ਕਬੂਲਿਆ ਔਰ ਬਿਲਕੁਲ ਇਹਦੇ ਵਿੱਚ ਵੀ ਅਸੀਂ ਕਿਤੇ ਨਾ ਕਿਤੇ ਭੋਲਾਪਨ ਵਿਖਾ ਰਹੇ ਹਾਂ ਨਹੀਂ ਉਸ ਵਕਤ ਡੇਰਾ ਮੁਖੀ ਦੀ ਜਿਹੜੀ ਫਿਲਮ ਹੈ ਐਮ ਐਸ ਜੀ ਉਹ ਆ ਗਈ ਸੀ ਜੇਕਰ ਪੰਜਾਬ ਦੇ ਵਿੱਚ ਇਹ ਵਿਰੋਧ ਇਸੇ ਤਰੀਕੇ ਦੇ ਨਾਲ ਹੀ ਚੱਲੀ ਜਾਂਦਾ ਉਹ ਫਿਲਮ ਕਿੱਥੇ ਲੱਗਦੀ ਜੀ ਉਹਦੀ ਕਮਾਈ ਕਿੱਥੋਂ ਹੁੰਦੀ ਇਸ ਚੀਜ਼ ਨੂੰ ਵੇਖਿਆ ਗਿਆ ਕਿ ਉਹਨਾਂ ਦੀ ਫਿਲਮ ਹੈ ਜਿਹੜੀ ਉਸ ਨੂੰ ਪੰਜਾਬ ਵਿੱਚ ਚਲਾਉਣ ਦੇ ਲਈ ਇਸ ਵਿਰੋਧ ਨੂੰ ਸ਼ਾਂਤ ਤਾਂ ਕੀਤਾ ਗਿਆ ਪ੍ਰੈਸ਼ਰ ਤਾਂ ਨਹੀਂ ਬਣਿਆ ਕਿ ਸਿੱਖ ਸੰਗਤ ਨੇ ਕਹਿ ਦਿੱਤਾ ਕਿ ਤੁਸੀਂ ਮਾਫੀ ਕਿਵੇਂ ਦੇ ਦਿੱਤੀ ਸੋਚ ਵਿਚਾਰ ਡੂੰਗਾ ਕਿਉਂ ਨਹੀਂ ਕੀਤਾ ਨਹੀਂ ਦੇਖਿਆ ਗਿਆ ਕਿ ਜੇਕਰ ਇਸ ਚੀਜ਼ ਦੇ ਉੱਤੇ ਯੂ ਟਰਨ ਨਾ ਮਾਰਿਆ ਗਿਆ ਇਹ ਫਿਲਮ ਨਹੀਂ ਚੱਲਣੀ ਬਾਬਾ ਜੀ ਦਾ ਕਾਰੋਬਾਰ ਨਹੀਂ ਚੱਲਣਾ ਤਾਂ ਉਸ ਚੀਜ਼ ਨੂੰ ਵੇਖਦੇ ਹੋਏ ਉਸ ਪੰਜਾਬ ਦੀਆਂ ਭਾਵਨਾਵਾਂ ਨੂੰ ਲੱਗੀ ਹੋਈ ਅੱਗ ਨੂੰ ਠੰਡਾ ਕਰਦੇ ਹੋਏ ਪਾਣੀ ਛਿੜਕਦੇ ਹੋਏ ਇੱਕ ਵਾਰੀ ਜਿਹੜੀ ਮਾਫੀ ਆ ਉਹ ਰੱਦ ਕਰ ਦਿੱਤੀ ਤੇ ਬਾਬਾ ਜੀ ਦੀ ਜਿਹੜੀ ਫਿਲਮ ਆ ਉਹ ਪੰਜਾਬ ਦੇ ਵਿੱਚ ਢੱਲਲੇ ਦੇ ਨਾਲ ਚੱਲੀ ਲੋਕ ਜਿਹੜੇ ਪ੍ਰੇਮੀ ਆ ਜਿਹੜੇ ਉਹਨੂੰ ਚਾਹਣ ਵਾਲੇ ਆ ਮੈਂ ਉਹਨਾਂ ਦੀਆਂ ਭਾਵਨਾਵਾਂ ਦੇ ਖਿਲਾਫ ਨਹੀਂ ਜਾਂਦਾ ਉਹ ਆਪਣੇ ਪਰਿਵਾਰਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਨਵੇਂ ਲੋਕਾਂ ਨੂੰ ਜੋੜ ਕੇ ਥੀਏਟਰਾਂ ਤੇ ਕਰ ਪੁੱਜੀ ਹੁਣ ਆਪਾਂ ਗੱਲ ਕਰੀਏ ਤਾਂ ਜੀ 24/2/2023 ਨੂੰ ਜੋ ਚਲਾਨ ਪੇਸ਼ ਹੋਇਆ ਇਹਦੇ ਵਿੱਚ ਕਿੰਨਾ ਚੰਦ ਦੇ ਜਿਹੜੇ ਨਾਮ ਆ ਸ਼ਾਮਲ ਕੀਤੇ ਗਏ ਆ ਗਰਸੇਵਕ ਇਹਦੇ ਤੇ ਗੱਲ ਕਰਦੇ ਆ ਪਰ ਉਸ ਤੋਂ ਪਹਿਲਾਂ ਨਾ ਕਦੇ-ਕਦੇ ਮੇਰੇ ਦਿਮਾਗ ਵਿੱਚ ਇੱਕ ਖਿਆਲ ਆਉਂਦਾ ਹੈ ਕਿ ਤੁਸੀਂ ਬਹੁਤ ਜਿਹੜੇ ਕੇਸ ਉਹ ਰਜਿਸਟਰਡ ਕੀਤੇ ਬਹੁਤਾਂ ਤੇ ਸੈਟ ਬਣੀਆਂ ਪਰ ਇੱਕ ਕੇਸ ਆ ਜਿਹੜਾ ਉਹ ਤੁਸੀਂ ਰਜਿਸਟਰਡ ਹੀ ਨਹੀਂ ਕੀਤਾ ਉਹਦੀ ਆਵਾਜ਼ ਹੀ ਨਹੀਂ ਉੱਠੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆ ਕਿ ਕਿਹੜੇ-ਕਿਹੜੇ ਕੇਸ ਜਿਹੜੇ ਹੁਣ ਤੱਕ ਉਹ ਚੱਲ ਰਹੇ ਨੇ ਜੀ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਬੇਅਦਬੀ ਇਹ ਘਟਨਾਵਾਂ ਨੂੰ ਲੈ ਕੇ ਇੱਕ ਜਿਹੜਾ ਕੇਸ ਹੈ ਉਹ ਚੱਲ ਰਿਹਾ ਹੈ। ਦੂਸਰਾ ਕੋਟਕਪੂਰਾ ਗੋਲੀਕਾਂਡ ਜਿਹਦੇ ਚਲਾਨ ਦੀ ਬਾਤ ਤੁਸੀਂ ਪਾਈ ਜਾਨੀ। ਜੀ। ਤੀਸਰਾ ਬਾਬਲ ਕਲਾਂ ਗੋਲੀਕਾਂਡ। ਪਰ ਇੱਕ ਕੇਸ ਜਿਹੜਾ ਕੀ ਰਜਿਸਟਰਡ ਹੋਣਾ ਚਾਹੀਦਾ ਸੀ। ਜਿਹੜਾ ਕੀ ਸਾਡੇ ਪੰਜਾਬੀਆਂ ਨੂੰ ਸਮੁੱਚੇ ਪੰਜਾਬੀਆਂ ਨੂੰ ਇਹਦੇ ਤੇ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ। ਉਹ ਕੀ ਸੀ? ਸ਼੍ਰੀ ਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਤੇ ਸਿਆਸੀ ਦਬਾਅ। ਨਾਲ ਦੀ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਲਵਾੜ ਇਹ ਕੇਸ ਕਿੱਥੇ ਆ ਜੀ ਲੋਕਾਂ ਦੀ ਜੇ ਕਿਸੇ ਇੱਕ ਵਿਅਕਤੀ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਲਵਾੜ ਹੋਵੇ ਤਾਂ ਕੇਸ ਦਰਜ ਹੁੰਦੇ ਨਹੀਂ ਜੀ ਪਰ ਇੱਥੇ ਤਾਂ ਸਮੁੱਚੀ ਪੰਜਾਬੀਅਤ ਦੀਆਂ ਭਾਵਨਾਵਾਂ ਨਾਲ ਖਲਵਾੜ ਹੋਇਆ ਸ਼੍ਰੀ ਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਨੂੰ ਢਾਹ ਲੱਗੀ ਇਸ ਤਰੀਕੇ ਦੇ ਨਾਲ ਤਖਤਾਂ ਦੇ ਜਥੇਦਾਰ ਸਾਹਿਬ ਜਿਹੜੇ ਸਤਕਾਰਤ ਸੀ ਉਹ ਲੋਕਾਂ ਦੇ ਵਿੱਚ ਸਵਾਲਾਂ ਦੇ ਘੇਰੇ ਵਿੱਚ ਆ ਗਏ ਇਹ ਸਭ ਸਿਆਸੀ ਰੰਗਤ ਕਰਕੇ ਹੋਇਆ ਧਾਰਮਿਕ ਰੰਗਤ ਕਰਕੇ ਹੋਇਆ ਇਹ ਕਿਵੇਂ ਹੋਇਆ ਕਿਉਂ ਹੋਇਆ ਇੱਕ ਪੁੱਛਗਿੱਛ ਇੱਕ ਪਲੇਟਫਾਰਮ ਇਹਦੇ ਲਈ ਵੀ ਸਥਾਪਿਤ ਕਰਨਾ ਚਾਹੀਦਾ ਹੈ ਜੀ ਕਿ ਪਤਾ ਲੱਗੇ ਕਿ ਲੋਕ ਜਿਹੜੇ ਅੱਜ ਵੀ ਖੂਨ ਦੇ ਅਥਰੂ ਰੋਂਦੇ ਰਹਿਣਾ ਨੀਵੀਂ ਪਾ ਕੇ ਕਿ ਕੀ ਹੋ ਰਿਹਾ ਪੰਜਾਬ ਵਿੱਚ ਕੀ ਇਹ ਇੱਕ ਤਰੀਕੇ ਦਾ ਭਾਵਨਾਤਮਕ ਤੌਰ ਤੇ ਕਤਲ ਨਹੀਂ ਲੋਕਾਂ ਦਾ ਹੂੰ ਇਹਦੇ ਉੱਤੇ ਗੱਲ ਕਦੋਂ ਹੋਊਗੀ ਗੱਲ ਕਰਦੇ ਆ ਜਸਟ ਜੂਰਾ ਸਿੰਘ ਕਮਿਸ਼ਨ ਇਹਨਾਂ ਨੇ ਬਣਾਇਆ ਜੀ ਨਹੀਂ ਗੱਲ ਬਣੀ ਨਹੀਂ ਗੱਲ ਬਣਾਈ ਵੱਖਰੀਆਂ ਗੱਲਾਂ ਹੈ ਕੈਪਟਨ ਸਾਹਿਬ ਦੀ ਸਰਕਾਰ ਆ ਜਾਂਦੀ ਹੈ 12 ਤੋਂ 17 ਵਾਲੀ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿੱਚ ਝੋਲੀ ਅੱਡ ਕੇ ਕਿਹਾ ਕਿ ਬੇਅਦਬੀ ਦੇ ਉੱਤੇ ਕੁਝ ਨਾ ਕੁਝ ਕਰੇ ਸਾਡੀ ਸਰਕਾਰ ਤਾਂ ਕੈਪਟਨ ਸਾਹਿਬ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ सीबीआई ਤੋਂ ਜਾਂਚ ਆ ਜਿਹੜੀ ਵਾਪਸ ਲਈ ਪਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਤਾਂ ਕਿੰਨਾ ਕੁ ਸੁਣੀ ਗਈ ਉਹ ਰਿਪੋਰਟਾ ਕਿੱਥੋਂ ਟਿੱਕਰ ਪਹੁੰਚੀਆਂ ਇਹ ਸਾਡੇ ਦਰਸ਼ਕ ਵੀ ਜਾਣਦੇ ਆ ਸਿਆਸੀ ਮਾਰ ਵੀ ਜਾਣਦੇ ਆ ਜੀ ਪਰ ਇਸ ਤੋਂ ਵੀ ਅਗਲੀ ਗੱਲ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਆਉਂਦੀ ਹੈ ਜੀ ਇੱਕ ਅਣਪਛਾਤਾ ਵਿਅਕਤੀ ਕੈਮਰਿਆਂ ਦੀ ਜਿਹੜੀ ਫੁਟੇਜ ਹੈ ਜਿਹੜੀ ਉਸ ਵਕਤ ਨਹੀਂ ਮਿਲ ਰਹੀ ਸੀ ਉਹ 7 ਨਵੰਬਰ 17 ਦੇ ਵਿੱਚ ਉਸ ਜਸ ਰਣਜੀਤ ਸਿੰਘ ਦੇ ਕਮਿਸ਼ਨ ਨੂੰ ਵਾਇ ਪੋਸਟ ਭੇਜ ਦਿੰਦਾ ਹੈ ਹਮ ਪਹਿਲਾ ਸਵਾਲ ਤਾਂ ਇਹ ਹੈ ਕਿ ਜਿਹੜੀ ਫੁਟੇਜ ਮਿਲ ਹੀ ਨਹੀਂ ਰਹੀ ਸੀ ਉਹ ਕਿਸੇ ਅਣਪਛਾਤੇ ਨੂੰ ਕਿਵੇਂ ਮਿਲ ਗਈ ਬਿਲਕੁਲ ਠੀਕ ਹੈ ਉਹਨਾਂ ਦੀ ਆਈਡੈਂਟੀ ਹੋਊਗੀ ਮੈਂ ਸਲੂਟ ਕਰਦਾ ਉਹਨਾਂ ਦੀ ਆਈਡੈਂਟੀ ਨੂੰ ਪਰ ਉਹਨਾਂ ਨੇ ਆਪਣੀ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੇਸ ਦੇ ਵਿੱਚ ਆਪਣਾ ਤਿਲ ਫੁੱਲ ਭੇਂਟ ਪਾਉਂਦੇ ਹੋਏ ਇਹ ਕੋਸ਼ਿਸ਼ ਆ ਜਿਹੜੀ ਉਹ 7 ਨੰਬਰ 217 ਨੂੰ ਕੀਤੀ ਉਹ ਫੁਟੇਜ ਸ਼ਾਮਲ ਹੋਗੀ ਉਸ ਤੋਂ ਬਾਅਦ ਇੱਕ ਸੈੱਟ ਬਣਾਈ ਸੀ ਕੁਮਰ ਵਿਜੇ ਪ੍ਰਤਾਪ ਦੀ ਜੀ ਉਹ ਸੈੱਟ ਦੀ ਰਿਪੋਰਟ ਆ ਜਿਹੜੀ ਹਾਈ ਕੋਰਟ ਦੇ ਵਿੱਚ ਕੈਨਸਲ ਹੋ ਜਾਂਦੀ ਹੈ ਫੇਰ ਨਵੀਂ ਸੈੱਟ ਉਸੇ ਸਰਕਾਰ ਵਿੱਚ ਬਣਦੀ ਹੈ ਐਲ ਕੇ ਯਾਦਵ ਜੀ ਦੀ ਗਵਾਹੀ ਵਿੱਚ ਹੁਣ ਅਸੀਂ ਆਉਣੇ ਆ ਤੁਹਾਡੀ ਗੱਲ ਦੇ ਉੱਤੇ ਕਿ ਐਲ ਕੇ ਯਾਦਵ ਜੀ ਦੀ ਗਵਾਹੀ ਵਾਲੀ ਜਿਹੜੀ ਉਹ ਸੈੱਟ ਬਣੀ ਸੀ ਉਹਨਾਂ ਨੇ ਇਹ ਚਲਾਨ ਪੇਸ਼ ਕੀਤਾ ਹੈ ਜੀ ਇਹ ਹੁਣ ਤਿੱਕਰ ਦਾ ਇਹਨਾਂ ਕੇਸਾਂ ਦੇ ਵਿੱਚ 10ਵਾਂ ਚਲਾਨ ਹੈ ਗਰ ਸੇਵਕ ਨੌ ਚਲਾਨ ਇਸ ਤੋਂ ਪਹਿਲਾਂ ਜਿਹੜੇ ਉਹ ਪੇਸ਼ ਹੋ ਚੁੱਕੇ ਨੇ ਤੇ ਇਹ ਕੋਟਕਪੂਰਾ ਗੋਲੀ ਕਾਢ ਦੇ ਉੱਤੇ 10ਵਾਂ ਜਿਹੜਾ ਚਲਾਨ ਆਇਆ ਹੈ ਐਲ ਕੇ ਯਾਦਵ ਜੀ ਦੀ ਸੈੱਟ ਵਾਲਾ ਇਹ ਐਫ ਆਈ ਆਰ ਨੰਬਰ ਹੈਗਾ 129 ਜੀ ਅੱਗੇ ਚੱਲੋ ਇਸ ਕਾਂਡ ਦੇ ਵਿੱਚ 44 ਜਿਹੜੇ ਬੰਦੇ ਨੇ ਉਹ ਜ਼ਖਮੀ ਹੋਏ ਸੀ 7000 ਪੰਨਿਆਂ ਦਾ ਇਹ ਚਲਾਨ ਹੈ ਜੀ 1400 ਪੰਨੇ ਜਿਹੜੇ ਉਹ ਗਿਲਟੀ ਨਾਲ ਸੰਬੰਧਤ ਨੇ ਤੇ 5600 ਪੰਨੇ ਜਿਹੜਾ ਉਹ ਸਪੋਰਟਿੰਗ ਐਵੀਡੈਂਸ ਨੇ ਜੀ ਸਬੂਤ ਨੇ ਸਾਰੇ ਦੇ ਸਾਰੇ ਦੇਖੋ 5600 ਪੰਨਿਆਂ ਦੇ ਉੱਤੇ ਸਬੂਤ ਲੱਗੇ ਹੋਏ ਨੇ ਆਓ ਅੱਗੇ ਚੱਲਦੇ ਆ ਨਵੇਂ ਨਾਂ ਕਿਹੜੇ ਸ਼ਾਮਲ ਹੋਏ ਸਭ ਤੋਂ ਪਹਿਲਾਂ ਸਰਦਾਰ ਸਖਬੀਰ ਸਿੰਘ ਬਾਦਲ ਜੀ ਤੇ ਤੇ ਪਲੱਸ ਸਮੇਦ ਸੈਣੀ ਇਹਨਾਂ ਨੂੰ ਸਾਜ਼ਿਸ਼ ਕਰਤਾ ਦੇ ਵਿੱਚ ਰੱਖਿਆ ਗਿਆ ਜੀ ਕਿ ਪਲਾਨਿੰਗ ਇਹਨਾਂ ਦੀ ਸੀ ਅੱਗੇ ਜ਼ਿਕਰ ਦਿੱਖਦੇ ਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਪੋਸਟਰ ਪਲੱਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਲਾਰਨੇ ਕੋਟਕਪੂਰੇ ਦੇ ਇਕਾਠ ਉੱਤੇ ਪਰਦਾ ਪਾਉਣਾ ਇਹ ਸਾਰੀ ਸਾਜ਼ਿਸ਼ ਹੈ ਜਿਹੜੀ ਇਹ ਰਲ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸੁਮੇਦ ਸੈਣੀ ਨੇ ਘੜੀ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਨਾਂ ਕਿੱਥੇ ਰੱਖਿਆ ਗਿਆ ਕਿ ਇਹਨਾਂ ਨੇ ਇਸ ਪਲਾਨਿੰਗ ਨੂੰ ਅਮਲੀ ਰੂਪ ਦਿੱਤਾ ਸੀ ਇੰਪਲੀਮੈਂਟ ਕੀਤਾ ਸੀ ਜੀ ਅੱਗੇ ਆਈਜੀ ਪਰਮਰਾਜ ਉਮਰਾਨ ਨੰਗਲ ਪਲੱਸ ਡੀਆਈਜੀ ਅਮਰ ਸਿੰਘ ਚੈਲ ਪਲੱਸ ਐਸਐਸਪੀ ਸੁਖਮਿੰਦਰ ਸਿੰਘ ਮਾਨ ਪਲੱਸ ਕਰ ਲੋ ਜੀ ਐਸਐਸਪੀ ਚਰਨਜੀਤ ਸਿੰਘ ਪਲੱਸ ਕਰ ਲੋ ਐਸਐਚਓ ਗੁਰਦੀਪ ਸਿੰਘ ਇਹਨਾਂ ਨੇ ਕੰਮ ਕੀਤਾ ਸਬੂਤ ਮਟਾਉਣ ਦਾ ਜੀ ਇਹਨਾਂ ਨੂੰ ਇਸ ਚਲਾਨ ਵਿੱਚ ਇਸ ਤਰੀਕੇ ਦੇ ਨਾਲ ਰੱਖਿਆ ਗਿਆ ਹੈ ਪਰ ਹੁਣ ਤਿੱਕਰ ਇਸ ਸੈੱਟ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਤੋਂ ਤਿੰਨ ਵਾਰੀ ਪੁੱਛਗਿੱਛ ਕੀਤੀ ਹੈ ਤੇ ਲਿਖਤੀ ਜਿਹੜੇ ਉੱਤਰ ਨਹੀਂ ਲਏ ਨੇ ਇਹ ਚਲਾਨ ਕਿਵੇਂ ਬਣਿਆ ਸੈਟ ਨੇ ਸਾਰੇ ਲਿਖਤੀ ਉੱਤਰ ਜਿੱਥੇ-ਜਿੱਥੇ ਪੁੱਛਗਿਛ ਕੀਤੀ ਹੈ ਉਹਨਾਂ ਨੂੰ ਆਪਣੇ ਸਬੂਤਾਂ ਦੇ ਨਾਲ ਮੈਚ ਕੀਤਾ ਤੇ ਬੜੇ ਠੋਸ ਤਰੀਕੇ ਦੇ ਨਾਲ ਇਹ ਜਿਹੜਾ ਚਲਾਨ ਹੈ ਉਹ ਪੇਸ਼ ਕਰ ਦਿੱਤਾ ਤੇ ਮੇਰੇ ਖਿਆਲ ਦੇ ਨਾਲ ਇਸ ਤੋਂ ਬਾਅਦ ਬਾਬਲ ਕਲਾਂ ਗੋਲੀ ਕਾਂਡ ਦੇ ਉੱਤੇ ਵੀ ਜਿਹੜਾ ਇੱਕ ਚਲਾਨ ਹੈ ਉਹ ਜਲਦੀ ਜਿਹੜਾ ਕੋਰਟ ਵਿੱਚ ਪੇਸ਼ ਹੋ ਜੂਗਾ ਇਸੇ ਮਾਰਚ ਵਿੱਚ 잡ਦਾ ਹੈ ਕਿ ਇਹ ਕੋਰਟ ਦੀ ਕਾਰਵਾਈ ਹੈ ਜਿਹੜੀ ਸ਼ੁਰੂ ਹੋ ਜੂਗੀ ਅਗਲੀ ਗੱਲ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਕਹਿੰਦੇ ਨੇ ਕਿ ਉਸ ਦਿਨ ਜਿਸ ਦਿਨ ਇਹ ਸਭ ਕੁਝ ਵਾਪਰਿਆ ਉਹ ਦਿਨ ਸੀ ਜੀ 14 ਅਕਤੂਬਰ 2015 ਉਸ ਦਿਨ ਕਹਿੰਦੇ ਮੈਂ ਤਾਂ ਇੱਥੇ ਨਹੀਂ ਸੀ ਬਿਲਕੁਲ ਮੈਂ ਤਾਂ ਜਾਪਾਨ ਗਿਆ ਹੋਇਆ ਸੀ ਪਰ ਗਵਰਨਮੈਂਟ ਆਫ ਇੰਡੀਆ ਜਿਨ੍ਹਾਂ ਤੋਂ ਇਹਨਾਂ ਨੂੰ ਜੈਡ ਪਲੱਸ ਸਕਿਉਰਟੀ ਮਿਲੀ ਹੈ ਉਥੋਂ ਡਾਟਾ ਖੰਘਾਲਿਆ ਗਿਆ ਉਥੋਂ ਰਿਕਾਰਡ ਚੱਕਿਆ ਗਿਆ ਤੇ ਰਿਕਾਰਡ ਵਿੱਚ ਗੱਲ ਨਿਕਲ ਕੇ ਆਈ ਹੈ ਕਿ ਉਹ ਭਾਰਤ ਵਿੱਚ ਹੀ ਮੌਜੂਦ ਸੀ ਉਹ ਕਿਤੇ ਨਹੀਂ ਗਏ ਸੀ ਜੀ ਹੁਣ ਕੋਰਟ ਵਿੱਚ ਇਸ ਚੀਜ਼ ਨੂੰ ਕਿਵੇਂ ਉਹ ਡਿਫੈਂਡ ਕਰਦੇ ਨੇ ਕਿਵੇਂ ਆਪਣਾ ਪੱਖ ਰੱਖਦੇ ਨੇ ਪਰ ਇਸ ਤੋਂ ਪਹਿਲਾਂ ਇਸ ਚੀਜ਼ ਨੂੰ ਸਾਬਤ ਕਰਨ ਵਿੱਚ ਦੂਸਰੀਆਂ ਸਿੱਟਾਂ ਕੋਲੇ ਕੋਈ ਸਬੂਤ ਨਹੀਂ ਸੀ ਪਰ ਇਸ ਸੈਟ ਨੇ ਗਵਰਨਮੈਂਟ ਆਫ ਇੰਡੀਆ ਦੇ ਹਵਾਲੇ ਦੇ ਨਾਲ ਜੈਡ ਪਲੱਸ ਸਿਕਿਉਰਿਟੀ ਦਾ ਰਿਕਾਰਡ ਮੰਗਿਆ ਤੇ ਪਤਾ ਲੱਗਿਆ ਕਿ ਉਸ ਦਿਨ ਉਹ ਭਾਰਤ ਵਿੱਚ ਹੀ ਸੀ ਨਹੀਂ ਗਏ ਸੀ ਉਹ ਜਾਪਾਨ ਉਸ ਤੋਂ ਵੀ ਅੱਗੇ ਜਾ ਕੇ ਅਸੀਂ ਆਈਏ ਤਾਂ ਮੈਂ ਕੈਮਰਿਆਂ ਵਾਲੀ ਗੱਲ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹੁਣ ਇਹ ਸਾਰੇ ਮਸਲੇ ਦੇ ਵਿੱਚ ਕੀ ਹੁੰਦਾ ਹੈ ਦੇਖੋ ਰੋਪੜ ਦੇ ਵਿੱਚ ਜਦੋਂ ਕੈਪਟਨ ਮਨਿੰਦਰ ਜੀ ਦੀ ਸਰਕਾਰ ਆਉਂਦੀ ਹੈ ਰੋਪੜ ਦੀ ਅਦਾਲਤ ਦੇ ਵਿੱਚ ਚਲਾਨ ਪੇਸ਼ ਕਰਕੇ ਸਰਦਾਰ ਸਖਬੀਰ ਸਿੰਘ ਬਾਦਲ ਜੀ ਤੇ ਨਾਲ ਦੀ ਨਾਲ ਪ੍ਰਕਾਸ਼ ਸਿੰਘ ਬਾਦਲ ਜੀ ਦਾ ਜਿਹੜਾ ਰਿਮਾਂਡ ਹੈ ਉਹ ਲੈ ਲਿਆ ਸੀ ਜੀ ਕੀ ਇਸ ਮਸਲੇ ਵਿੱਚ ਵੀ ਰਿਮਾਂਡ ਲਿਆ ਜਾਊਗਾ ਗਾਂਲੀ ਪੁੱਛ ਕੇ ਅੱਛਾ ਹਸਤੇ ਜਾਂ ਫਿਰ ਇਸ ਨੂੰ ਸਿੱਧਾ ਕੇਸ ਚਲਾਉਣ ਦੇ ਰੂਪ ਵਿੱਚ ਦੇਖਿਆ ਜਾਊਗਾ ਇਹ ਗੱਲਾਂ ਹੁਣ ਕੋਰਟ ਦੇ ਵਿੱਚ ਜਾ ਕੀਤਾ ਹੋਣਗੀਆਂ ਇਹ ਗੱਲਾਂ ਜਾਂਚ ਦਾ ਹਿੱਸਾ ਹੋਈਆਂ ਪੂਰੇ ਵਿਸ਼ਵ ਦੇ ਪੰਜਾਬੀ ਜੀ ਇਸ ਮਸਲੇ ਨੂੰ ਨੀਚ ਲਾ ਕੇ ਵਿਕਰੇ ਨੇ ਤੇ ਹੁਣ ਇਹ ਵਿਸ਼ਾ ਜਿਹੜਾ ਜਾਂਚ ਦਾ ਹੋ ਚੁੱਕਿਆਗਾ ਤੇ ਜਿਵੇਂ ਜਿਵੇਂ ਇਹਦੇ ਵਿੱਚ ਜਾਣਕਾਰੀ ਆਉਂਦੀ ਜਾਊਗੀ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਸਾਂਝ ਬਣਾਉਂਦੇ ਰਵਾਂਗੇ ਖੈਰ ਵਕਤ ਹੋ ਗਿਆ ਜੀ ਜਾਇਤ ਲੈਣ ਦਾ ਤੁਸੀਂ ਸਮਾਂ ਦਿੱਤਾ ਆਪਣੇ ਵਿਚਾਰ ਸਾਂਝੇ ਕੀਤੇ ਤੁਸੀਂ ਆਪਣੀ ਸਰਚ ਲੈ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਤੁਸੀਂ ਦੇਖ ਰਹੇ ਸੀ ਵਰਾਸਤ ਟੀਵੀ ਉੱਪਰ ਸਾਡਾ ਖਾਸ ਪ੍ਰੋਗਰਾਮ ਦ੍ਰਿਸ਼ਟੀਕੋਣ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ ਤੁਸੀਂ ਆਪਣੇ ਵਿਚਾਰ ਸਾਨੂੰ ਈਮੇਲਸ ਕਮੈਂਟਸ ਜਾਂ ਫੋਨ ਕਾਲਸ ਦੇ ਜ਼ਰੀਏ ਦੇ ਸਕਦੇ ਹੋ ਕੱਲ ਫਿਰ ਹਾਜ਼ਰ ਹੋਵਾਂਗਾ ਜੀ ਕਿਸੇ ਮੁੱਦੇ ਮਸਲੇ ਜਾਂ ਖਬਰ ਦੇ ਨਾਲ ਉਦੋਂ ਤੱਕ ਲਈ ਮੈਨੂੰ ਗ੍ਰੀਸੇਵਕ ਨੂੰ ਦਿਓ ਆ ਗਿਆ ਧੰਨਵਾਦ